ਪਿਛਲੇ ਕੁਝ ਦਿਨਾਂ ਤੋਂ ਕੁਝ ਵੀਰਾਂ ਦੇ ਇਸ ਤਰੀਕੇ ਦੇ ਫੋਨ ਆ ਰਹੇ ਸੀ ਕਿ ਬੀਜੀ ਹੋਈ ਝੋਨੇ ਤੇ ਸੋਹਾਗਾ ਮਾਰ ਦਿੱਤਾ ਉੱਗਣ ਦੇ ਵਿੱਚ ਦਿੱਕਤ ਆ ਰਹੀ ਹੈ ਫੱਟੀ ਬਣ ਲਈ ਉੱਗਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਐਸੇ ਤਰੀਕੇ ਦਾ ਇੱਕ ਤਜਰਬਾ ਸਾਡੇ ਬਹੁਤ ਹੀ ਸੂਝਵਾਨ ਕਿਸਾਨ ਸਰਦਾਰ ਰਵਿੰਦਰ ਸਿੰਘ ਸੰਧੂ ਜਿਨ੍ਹਾਂ ਨੂੰ ਬੱਬਲ ਦੇ ਨਾਮ ਤੇ ਜਾਣਦੇ ਐ ਉਹਨਾਂ ਵੱਲੋਂ ਕੀਤਾ ਗਿਆ ਇੱਕ ਖੇਤ ਦੇ ਵਿੱਚ ਇੱਕੋ ਦਿਨ ਤਰਵੱਤਰ ਖੇਤ ਦੇ ਵਿੱਚ ਬਜਾਈ ਕੀਤੀ ਗਈ। ਦੋ ਪਲਾਟ ਹੈ ਇਹ ਵਿਚਾਲ ਦੀ ਖਾਲਾ ਨਿਕਲਦਾ ਹੈ। ਬਿਲਕੁਲ ਇੱਕੋ ਜੀ ਮਿੱਟੀ ਹੈ। ਦੋਨਾਂ ਖੇਤ ਦੇ ਵਿੱਚ ਤਰਵੱਤਰ ਨਾਲ ਬਜਾਈ ਕੀਤੀ ਗਈ ਤੇ ਇੱਕ ਖੇਤ ਦੇ ਵਿੱਚ ਬਜਾਈ ਕਰਨ ਉਪਰੰਤ ਸੁਹਾਗਾ ਮਾਰ ਦਿੱਤਾ। ਦੂਸਰੇ ਖੇਤ ਦੇ ਵਿੱਚ ਸੁਹਾਗਾ ਨਹੀਂ ਮਾਰਿਆ। ਪਹਿਲਾਂ ਆਪਾਂ ਦੋਨੋਂ ਖੇਤਾਂ ਦਾ ਅੰਤਰ ਦੇਖਦੇ ਹਾਂ ਫਿਰ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਹੁਣ ਇਹ ਖੇਤ ਹੈ ਜਿੱਥੇ ਸੁਹਾਗਾ ਮਾਰਿਆ ਸੀ ਹਲਕੀ ਵਰਖਾ ਦੋਵਾਂ ਦੇ ਉੱਪਰ ਹੋਈ ਹੈ ਬਹੁਤ ਘੱਟ ਬੂਟਿਆਂ ਦਾ ਜੰਮ ਹੈ ਜਿਹੜੇ ਬੂਟੇ ਜੰਮੇ ਹੈ ਉਹ ਹਲਕੇ ਪੀਲੇ ਹੈ ਤੇ ਬਹੁਤ ਜ਼ਿਆਦਾ ਕਮਜ਼ੋਰ ਹੈ ਜਿਹੜੀ ਤਰਵਤਰ ਝੋਨੇ ਦੀ ਸਿੱਧੀ ਬਜਾਈ ਹੈ ਨਾ ਇਸ ਬਜਾਈ ਦੇ ਵਿੱਚ ਆਪਾਂ ਆਕਸੀਜਨ ਯੁਕਤ ਬਜਾਈ ਹੈ ਬੂਟਾ ਜਿਹੜਾ ਹੈਗਾ ਆਕਸੀਜਨ ਜੜਾਂ ਦੇ ਨੂੰ ਆਕਸੀਜਨ ਮਿਲਦੀ ਹੈ ਤੇ ਇਹ ਉਹ ਮੈਥਡ ਨਹੀਂ ਹੈਗਾ ਜਿਹਦੇ ਵਿੱਚ ਆਕਸੀਜਨ ਜ਼ਮੀਨ ਦੇ ਵਿੱਚੋਂ ਕੱਢੀ ਜਾਂਦੀ ਹੈ ਮੈਂ ਤਰਵੱਤਰ ਮੈਥਡ ਦੀ ਗੱਲ ਕਰ ਰਿਹਾ ਹਾਂ ਤਰਵੱਤਰ ਵਿਧੀ ਦੇ ਨਾਲ ਝੋਨਾ ਬੀਜ ਕੇ ਜਿਹੜੇ ਵੀ ਉੱਪਰ ਸੁਹਾਗਾ ਮਾਰ ਰਿਹਾ ਉਹਦੇ ਬਾਰੇ ਗੱਲ ਕਰ ਰਿਹਾ ਹਾਂ ਜਿਸ ਵਿਧੀ ਦੇ ਵਿੱਚ ਆਪਾਂ ਬੀਜ ਬੀਜਣ ਤੋਂ ਪਹਿਲਾਂ 4 ਇੰਚ ਤੱਕ ਜ਼ਮੀਨ ਵਾਹਣੇ ਆ ਤੇ ਉਸ ਤੋਂ ਬਾਅਦ ਦੂਰਾ ਸੁਹਾਗਾ ਮਾਰ ਕੇ ਉੱਪਰ ਬਜਾਈ ਕਰਦੇ ਆ। ਉਸ ਵਿਧੀ ਦੇ ਵਿੱਚ ਜੋ ਸੁਹਾਗਾ ਮਾਰਨ ਦਾ ਨੁਕਸਾਨ ਹੈ ਉਹਦੇ ਬਾਰੇ ਗੱਲ ਕਰਿਆ। ਇਹ ਤੁਸੀਂ ਬੂਟੇ ਦੇਖੇ। ਹੁਣ ਆਪਾਂ ਇਸ ਤੋਂ ਬਾਅਦ ਦੇ ਵਿੱਚ ਖਾਲੇ ਦੇ ਪਾਰ ਦੂਸਰੇ ਪਾਸੇ ਜਾਣੇ ਆ। ਇਸ ਵਿੱਚ ਵੀ ਜਰਮੀਨੇਸ਼ਨ ਸਟਾਰਟ ਹੋਈ ਹੈ ਤਾਂ ਤੁਸੀਂ ਇਹ ਪਲਾਂਟਸ ਦੇਖੋ ਕਿ ਪਲਾਂਟਸ ਪੂਰੇ ਹਰੇ ਗਰੋਥ ਜ਼ਿਆਦਾ ਸਾਈਜ਼ ਵੱਡਾ ਨੰਬਰ ਆਫ ਪਲਾਂਟਸ ਜ਼ਿਆਦਾ ਨੇ ਇਹਦੇ ਵਿੱਚ ਜਦੋਂ ਕਿ ਉਸ ਖੇਤ ਦੇ ਵਿੱਚ ਕਿਸਾਨ ਨੇ ਹੁਣ ਪਾਣੀ ਲਗਾ ਦਿੱਤਾ ਹੈ ਇਹਦੇ ਵਿੱਚ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਪਈ ਉਸ ਖੇਤ ਦੇ ਵਿੱਚ ਜਰਮੀਨੇਸ਼ਨ ਕਰਾਉਣ ਵਾਸਤੇ ਬੀਜ ਅਗਾਉਣ ਲਈ ਕਿਸਾਨ ਵੱਲੋਂ ਪਾਣੀ ਲਗਾਇਆ ਗਿਆ ਹੈ ਇਹਦੇ ਵਿੱਚ ਪਾਣੀ ਨਹੀਂ ਲਗਾਇਆ ਗਿਆ ਦੇਖੋ ਅਲੱਗ-ਅਲੱਗ ਤਰੀਕੇ ਹੁੰਦੇ ਐ ਪਰੰਤੂ ਜੇਕਰ ਤੁਸੀਂ ਤਰਵਤਰ ਤਰੀਕੇ ਦੇ ਨਾਲ ਬਿਜਾਈ ਕਰ ਰਹੇ ਹੋ ਤਾਂ ਤਰਵਤਰ ਤਰੀਕੇ ਦੇ ਵਿੱਚ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ-ਜੋ ਹਦਾਇਤਾਂ ਦਿੱਤੀਆਂ ਗਈਆਂ ਉਹਦੀ ਪਾਲਣਾ ਕਰੋ ਰਿਜ਼ਲਟ ਮਿਲਦਾ ਹੈ ਪਰੰਤੂ ਜਦੋਂ ਅਸੀਂ ਕੋਈ ਦੋ ਤਰੀਕਿਆਂ ਨੂੰ ਮਿਲਾ ਕੇ ਮਿਲਗੋਭਾ ਕਰ ਦਿੰਨੇ ਆ ਤਾਂ ਉਹ ਸਮੇਂ ਨੁਕਸਾਨ ਹੁੰਦਾ ਹੈ ਤਾਂ ਤਰਵਤਰ ਖੇਤ ਦੇ ਵਿੱਚ ਜਦੋਂ ਤੁਸੀਂ ਬਿਜਾਈ ਕਰਦੇ ਹੋ ਉੱਪਰ ਸੁਹਾਗਾ ਮਾਰ ਦਿੰਨੇ ਹੋ ਤਾਂ ਸੀਡ ਬੈੱਡ ਦੇ ਉੱਪਰ ਸੁਹਾਗਾ ਕਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਮਾਰਨਾ ਸਹੀ ਨਹੀਂ ਹੁੰਦਾ ਆਮ ਹਾਲਾਤਾਂ ਦੇ ਵਿੱਚ ਬੀਜ ਉੱਗ ਆਉਂਦਾ ਹੈ ਪਰੰਤੂ ਜੇਕਰ ਵਿਪਰੀਤ ਹਾਲਾਤ ਹੋ ਜਾਣ ਤਾਂ ਬੀਜ ਦੇ ਉੱਗਣ ਵਿੱਚ ਮੁਸ਼ਕਲ ਆਉਂਦੀ ਹੈ ਧੰਨਵਾਦ ਦੋਸਤੋ ਮਿਹਰਬਾਨੀ